ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਅਮਸਰੀਡ ਟਿਪਸ ਤੇ ਤੇ ਦੋਸਤੋ ਸਾਰੇ ਵਿਦਿਆਰਥੀਆਂ ਦੇ ਮਨ ਦੇ ਵਿੱਚ ਇਹ ਡਾਊਟ ਹੈ ਕਿ ਕੱਲ ਦੀ ਯਾਨਕੀ 7 ਨਵੰਬਰ ਦੀ ਪੰਜਾਬ ਦੇ ਸਕੂਲਾਂ ਵਿੱਚ ਕੱਲ ਦੀ ਛੁੱਟੀ ਹੋਵੇਗੀ ਕਿ ਜਾਫਰ ਨਹੀਂ ਹਾਂਜੀ ਦੋਸਤੋ ਇਸ ਬਾਰੇ ਹੀ ਵੱਡੀ ਅਪਡੇਟ ਤੁਹਾਡੇ ਨਾਲ ਅੱਗੇ ਆਪਾਂ ਸਾਂਝੀ ਕਰਾਂਗੇ ਤੇ ਇਸ ਕਰਕੇ ਦੋਸਤੋ ਤੁਹਾਨੂੰ ਇੱਕ ਕੰਮ ਕਰਨਾ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹਿਣਾ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕੱਲ ਦੀ ਛੁੱਟੀ ਤੁਹਾਡੀ ਹੋਵੇਗੀ ਕਿ ਜਾਂ ਫਿਰ ਨਹੀਂ ਅਤੇ ਜੇਕਰ ਹੋਵੇਗੀ ਤਾਂ ਕਿਉਂ ਹੋਵੇਗੀ ਹਾਂਜੀ ਦੋਸਤੋ ਚਲੋ ਫੇਰ ਸ਼ੁਰੂ ਕਰ ਲੈਂਦੇ ਹਾਂ ਦੀ ਵੀਡੀਓ ਨੂੰ ਤੇ ਇਸ ਤਰ੍ਹਾਂ ਦੀ ਪੰਜਾਬ ਦੇ ਸਕੂਲਾਂ ਬਾਰੇ ਜੇ ਕੋਈ ਹੋਰ ਵੱਡੀਆਂ ਅਪਡੇਟਸ ਆਉਂਦੀਆਂ ਨੇ ਤਾਂ ਆਪਣੇ ਚੈਨਲ ਤੋਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਕੀ ਘੰਟੀ ਨੂੰ ਆਨ ਕਰ ਦਿਓ ਤੇ ਦੋਸਤੋ ਆਪਣੇ ਫਰੈਂਡਸ ਤੱਕ ਵੀਡੀਓ ਨੂੰ ਵਾਤਵ ਤੋਂ ਤੁਹਾਨੂੰ ਦੱਸ ਦਿਆਂ ਆਪਾਂ ਅੱਗੇ ਦੋਸਤੋ ਕੱਲ੍ਹ ਦੋਸਤੋ ਯਾਨਕੀ 7 ਨਵੰਬਰ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕੱਲ੍ਹ ਨਗਰ ਕੀਰਤਨ ਕੱਢੇ ਜਾਣਗੇ ਜਿਸ ਕਰਕੇ ਦੋਸਤੋ ਕਈ ਜਿਹੜੇ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਜਾਣੀਆਂ ਕਈ ਸਕੂਲਾਂ ਦੇ ਵਿੱਚ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਨ 8 ਨਵੰਬਰ ਨੂੰ ਜਿਹੜਾ ਮਨਾਇਆ ਜਾਵੇਗਾ ਗੁਰੂ ਪੂਰਵ ਇਸ ਕਰਕੇ ਦੋਸਤੋ 7 ਤਰੀਕ ਨੂੰ ਕਈ ਜਿਹੜੇ ਸ਼ਹਿਰਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਨਗਰ ਗੀਤਨ ਕੱਢੇ ਜਾਣਗੇ ਅਤੇ ਦੋਸਤੋ ਜਿਵੇਂ ਕਿ ਪਹਿਲਾਂ 5 ਤਰੀਕ ਨੂੰ ਜਲੰਧਰ ਦੇ ਵਿੱਚ ਛੁੱਟੀ ਕੀਤੀ ਗਈ ਸੀ ਪਹਿਲਾਂ ਅੱਧੀ ਛੁੱਟੀ ਤੇ ਉਸ ਤੋਂ ਬਾਅਦ ਰਾਤ ਨੂੰ ਜਿਹੜਾ ਫੈਸਲਾ ਆ ਗਿਆ ਸੀ ਵੀ ਸਾਰੀ ਛੁੱਟੀ ਜਿਹੜੀ ਜਲੰਧਰ ਚ ਸਾਰੇ ਸਕੂਲਾਂ ਵਿੱਚ ਕਰ ਦਿੱਤੀ ਸੀ ਇਸੇ ਤਰ੍ਹਾਂ ਜੇ ਕੋਈ ਅੱਜ ਪੰਜਾਬ ਸਰਕਾਰ ਦਾ ਆਥਣ ਤੱਕ ਕੋਈ ਵੀ ਫੈਸਲਾ ਹੁੰਦਾ ਵੀ ਕੱਲ ਨੂੰ ਛੁੱਟੀ ਹੋਵੇਗੀ ਕਿੰਨਾ ਕਿੰਨਾ ਜ਼ਿਲ੍ਹਿਆਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਸਾਂਝੀ ਕਰ ਦੇਵਾਂਗੇ ਖਬਰ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰ ਦੇਣਾ ਹਲੇ ਜਿਹੜੀ ਕਈ ਸਕੂਲਾਂ ਦੇ ਵਿੱਚ ਛੁੱਟੀ ਕਰ ਵੀ ਦਿੱਤੀ ਹੈ ਜੇਕਰ ਤੁਹਾਡੇ ਸਕੂਲਾਂ ਵਿੱਚ ਛੁੱਟੀ ਕੀਤੀ ਹੈ ਤਾਂ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਥੈਂਕਸ ਧੰਨਵਾਦ ਦੋਸਤੋ ਮਿਲਦੇ ਹਾਂ ਜਲਦੀ ਵੱਡੀ ਅਪਡੇਟ ਦੇ ਨਾਲ